ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਪੁੱਲਰ। ਪਰਸੋਂ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫੈਸਲਾ ਲਿਆ ਹੈ ਜੀ, ਬੜਾ ਘਾਤਕ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੀ ਇਹਦੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਉਹ ਫੈਸਲਾ ਇਹ ਜੀ ਕਿ ਪੰਜਾਬ ਦੇ ਕਰੀਬ 800 ਪ੍ਰਾਇਮਰੀ ਸਕੂਲ ਨੇ ਜਿਹੜੇ, ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਹੈ, ਉਹ ਬੰਦ ਕਰ ਦਿੱਤੇ ਜਾਣਗੇ ਜਾਂ ਨੇੜਲੇ ਪਿੰਡਾਂ ਦੇ ਵਿੱਚ ਮਰਜ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੀ ਇੱਕ ਫੈਸਲਾ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਿ 594 ਅਹਿਮ ਅਤੇ ਜ਼ਰੂਰੀ ਪੋਸਟਾਂ ਜਿਹੜੀਆਂ ਨੇ ਉਹ ਸਿੱਖਿਆ ਵਿਭਾਗ ਖਤਮ ਕਰਨ ਜਾ ਰਿਹਾ ਫਿਊਚਰ ਦੇ ਵਿੱਚ। ਤਰਕ ਕੀ ਸੀਗਾ ਜੀ ਵੀ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਸੀ ਉਹ 15 ਲੱਖ ਤੋਂ ਘੱਟ ਕੇ 9 ਲੱਖ ਰਹਿ ਗਈ ਹੈ ਸਰਕਾਰੀ ਸਕੂਲਾਂ ਦੇ ਵਿੱਚ। ਸਿੱਖਿਆ ਮੰਤਰੀ ਜਾਂ ਚੀਫ ਸੈਕਟਰੀ ਆਫ ਐਜੂਕੇਸ਼ਨ ਪੰਜਾਬ ਇਸ ਕੰਮ 'ਤੇ ਕੰਮ ਕਰਨ ਦੀ ਬਜਾਏ ਕਿ ਬੱਚਿਆਂ ਦੀ ਗਿਣਤੀ ਕਿਸ ਤਰ੍ਹਾਂ ਵਧਾਈ ਜਾਵੇ, ਸਕੂਲਾਂ ਦਾ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਵਧੀਆ ਬਣਾਇਆ ਜਾਵੇ ਤਾਂ ਕਿ ਲੋਕ ਉੱਥੇ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਭੇਜ ਸਕਣ, ਇਹਦੇ 'ਤੇ ਤਾਂ ਕੋਈ ਕੰਮ ਕਰਨ ਦੀ ਸੋਚੀ ਨਹੀਂ। ਪਰ ਪੋਸਟਾਂ ਕਿਵੇਂ ਘਟਾਈਆਂ ਜਾਣ ਇਸ 'ਤੇ ਬੜਾ ਤਗੜਾ ਫੈਸਲਾ ਲਿਆ। 800 ਸਰਕਾਰੀ ਸਕੂਲ ਜਿਹੜੇ ਮਰਜ ਹੋਣੇ ਆ ਜੀ, ਉਹਦੇ ਨਾਲ ਕਰੀਬ 1600 ਪੋਸਟਾਂ ਜਿਹੜੀਆਂ ਨੇ ਉਹ ਪ੍ਰਾਇਮਰੀ ਸਕੂਲ ਦੀਆਂ ਖਤਮ ਹੋ ਜਾਣਗੀਆਂ। ਕਾਫੀ ਵਾਇਰਲ ਹੋ ਚੁੱਕੀ ਹੈ ਨਿਊਜ਼, ਪੋਲੀਟੀਕਲ ਪਾਰਟੀਜ਼ ਨੇ ਆਪਣੇ ਪੈਮਾਨੇ ਦੇ ਹਿਸਾਬ ਨਾਲ, ਆਪਣੇ ਫਾਇਦੇ ਦੇ ਹਿਸਾਬ ਨਾਲ ਇਹਦੇ ਉੱਤੇ ਬਿਆਨ ਦਿੱਤੇ ਨੇ। ਪਰ ਮੈਂ ਇਹਦੇ 'ਤੇ ਅਸਰ ਜਾਣਨਾ ਚਾਹੁੰਦਾ ਸੀ ਕਿ ਅਸਰ ਕੀ ਹੋਵੇਗਾ ਇਸ ਖਬਰ ਦੇ ਨਾਲ ਜਾਂ ਇਸ ਫੈਸਲੇ ਦੇ ਨਾਲ ਸਾਡੇ ਪੰਜਾਬ ਦੇ ਉੱਤੇ ਕੀ ਅਸਰ ਹੋਣ ਵਾਲਾ। ਸਭ ਤੋਂ ਪਹਿਲਾ ਅਸਰ ਤਾਂ ਇਹ ਹੋਣਾ ਜੀ, 800 ਪਿੰਡਾਂ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਿੱਖਿਆ ਤੰਤਰ ਬਿਲਕੁਲ ਤਹਿਸ ਨਹਿਸ ਹੋ ਜਾਣਾ। ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੇ 800 ਪਿੰਡ ਆ ਜਿਹੜੇ ਉਹ ਸਰਕਾਰੀ ਸਕੂਲਾਂ ਤੋਂ ਮਹਿਰੂਮ ਹੋ ਜਾਣਗੇ, ਪ੍ਰਾਇਮਰੀ ਸਿੱਖਿਆ ਤੋਂ ਮਹਿਰੂਮ ਹੋ ਜਾਣਗੇ। 800 ਪਿੰਡਾਂ ਦੇ ਬੱਚੇ ਆ ਜਿਹੜੇ, ਗਰੀਬ ਘਰਾਂ ਦੇ ਬੱਚੇ ਆ ਜਿਹੜੇ ਆਪਣੀ ਸਿੱਖਿਆ ਦਾ ਜ਼ਰੀਆ ਸਰਕਾਰ ਦੇ ਦੁਆਰਾ ਹਾਸਲ ਕਰਦੇ ਨੇ, ਸਿੱਖਿਆ ਨੂੰ ਸਰਕਾਰੀ ਸਕੂਲਾਂ ਤੋਂ ਗ੍ਰਹਿਣ ਕਰਦੇ ਨੇ, ਉਹਨਾਂ ਲਈ ਹੁਣ ਇਹ ਬਿਲਕੁਲ ਨਾ ਉਮੀਦ ਹੋ ਚੁੱਕਾ। ਦੂਸਰਾ ਘਾਤਕ ਕੀ ਅਸਰ ਹੋਣਾ ਜੀ ਇਹਦਾ, 1600 ਪੋਸਟਾਂ ਖਤਮ ਹੋ ਜਾਣਗੀਆਂ ਜਿਹੜੀ ਕਿ ਬਹੁਤ ਵੱਡੀ ਬੇਰੁਜ਼ਗਾਰੀ ਪੈਦਾ ਕਰ ਸਕਣਗੀਆਂ ਪੰਜਾਬ ਦੇ ਵਿੱਚ, ਬਹੁਤ ਵੱਡਾ ਕਾਰਨ ਬਣ ਜਾਣਗੀਆਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ। ਉਸ ਤੋਂ ਅਗਲਾ ਇਹਦਾ ਬੁਰਾ ਪ੍ਰਭਾਵ ਕੀ ਹੈ ਜੀ, ਜਿਨ੍ਹਾਂ ਬੱਚਿਆਂ ਨੇ, ਜਿਨ੍ਹਾਂ ਭੈਣ ਭਰਾਵਾਂ ਮੇਰਿਆਂ ਨੇ ਟੈਟ ਦੀ ਤਿਆਰੀ ਕੀਤੀ ਹੈ ਜਾਂ ਟੈਟ ਪਾਸ ਕੀਤਾ ਇਸ ਉਮੀਦ ਨਾਲ ਵੀ ਕਿਤੇ ਉਹਨਾਂ ਨੂੰ ਸਰਕਾਰੀ ਜੌਬ ਮਿਲੇਗੀ, ਉਹ ਉਹਨਾਂ ਦੀਆਂ ਉਮੀਦਾਂ 'ਤੇ ਬਹੁਤ ਜ਼ਿਆਦਾ ਵੱਡਾ ਝਟਕਾ ਹੈ, ਉਹਨਾਂ ਦੀਆਂ ਉਮੀਦਾਂ ਨੂੰ ਪਾਣੀ ਫਿਰ ਚੁੱਕਾ ਜੀ ਉਹਨਾਂ ਦੀਆਂ ਉਮੀਦਾਂ ਦੇ ਉੱਤੇ। ਰੁਜ਼ਗਾਰ ਦਾ ਇੱਕ ਬੰਨੇ ਕੈਪਟਨ ਸਰਕਾਰ ਨੇ ਜਦੋਂ ਸਰਕਾਰ ਬਣੀ ਸੀ ਮੈਨੀਫੈਸਟੋ ਦੇ ਵਿੱਚ ਕਿਹਾ ਸੀਗਾ ਕਿ ਘਰ ਘਰ ਵਿੱਚ ਰੁਜ਼ਗਾਰ ਦੇਵਾਂਗੀ, ਹੁਣ ਇਹ ਕੈਪਟਨ ਸਰਕਾਰ ਪੰਜਾਬ ਸਰਕਾਰ ਘਰ ਘਰ ਦੇ ਵਿੱਚੋਂ ਨੌਕਰੀਆਂ ਖੋਹਣ 'ਤੇ ਲੱਗੀ ਹੋਈ ਹੈ। ਉਸ ਤੋਂ ਅਗਲਾ ਘਾਤਕ ਅਸਰ ਕੀ ਹੋਣਾ ਸੀਗਾ ਜੀ, 800 ਪਿੰਡਾਂ ਦੇ ਵਿੱਚ ਕਰੋੜਾਂ ਖਰਬਾਂ ਰੁਪਈਆਂ ਦੀ ਜਿਹੜੀਆਂ ਇਮਾਰਤਾਂ ਨੇ, ਸਰਕਾਰੀ ਇਮਾਰਤਾਂ ਨੇ, ਉਹ ਬਿਲਕੁਲ ਹੀ ਖੰਡਰ ਹੋ ਜਾਣਗੀਆਂ, ਉਹਨਾਂ ਦਾ ਕੋਈ ਵਰਤੋਂ ਨਹੀਂ ਰਹੂਗੀ, ਉਹਨਾਂ ਦਾ ਕੋਈ ਯੂਜ਼ ਨਹੀਂ ਰਹੂਗਾ। ਉਸ ਤੋਂ ਅਗਲਾ ਘਾਤਕ ਅਸਰ ਕੀ ਹੈ ਜੀ, ਇਹਨਾਂ 800 ਪਿੰਡਾਂ ਦੇ ਵਿੱਚ ਜਿਹੜੀ ਖਰਬਾਂ ਰੁਪਈਆਂ ਦੀ ਪ੍ਰੋਪਰਟੀ ਹੈ ਸਕੂਲਾਂ ਦੀ, ਉਹ ਖਤਮ ਹੋ ਜਾਏਗੀ, ਬਿਲਕੁਲ ਯੂਜ਼ ਦੇ ਵਿੱਚ ਨਹੀਂ ਆਵੇਗੀ। ਉਸ ਤੋਂ ਅਗਲਾ ਘਾਤਕ ਅਸਰ ਕੀ ਹੈ ਜੀ, ਇਹਨਾਂ 800 ਪਿੰਡਾਂ ਦੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ, ਜਿਹੜੇ ਸਵੇਰੇ ਸ਼ਾਮ ਖੇਤਾਂ ਵਿੱਚ ਕੰਮ ਕਰਕੇ, ਜ਼ਿਮੀਂਦਾਰੀ ਦੇ ਨਾਲ ਕੰਮ ਕਰਕੇ, ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਮਾਂ ਬਾਪ ਦੀ ਕਮਾਈ ਦੇ ਵਿੱਚ ਵੀ ਮਦਦ ਕਰਦੇ ਨੇ ਅਤੇ ਆਪਣੇ ਨਾਲ ਦੀ ਨਾਲ ਆਪਣੇ ਪੜ੍ਹਾਈ ਦਾ ਖਰਚਾ ਵੀ ਕਿਸੇ ਹੱਦ ਤੱਕ ਚੱਕਦੇ ਨੇ, ਉਹਨਾਂ ਲਈ ਇਹ ਬਹੁਤ ਮੁਸ਼ਕਲ ਹੋ ਜਾਵੇਗਾ। ਕਿਉਂਕਿ ਆਪਣੇ ਪਿੰਡ ਵਿੱਚ ਪੜ੍ਹਨ ਦੇ ਇੱਕ ਇਹ ਸੁਵਿਧਾ ਹੁੰਦੀ ਹੈ ਕਿ ਤੁਸੀਂ ਆਪਣੇ ਘਰ ਦਾ ਕੰਮ ਜਾਂ ਆਪਣੀ ਕੋਈ ਛੋਟੀ ਮੋਟੀ ਜੋ ਕੰਮ ਕਰਦੇ ਜੋ ਉਹਨੂੰ ਕਰਕੇ ਤੁਸੀਂ ਸਕੂਲ ਦੇ ਵਿੱਚ ਜਾ ਸਕਦੇ ਹੋ। ਬੇਸ਼ੱਕ 1 ਤੋਂ 5ਵੀਂ ਤੱਕ ਦੇ ਕਲਾਸ ਦੇ ਬੱਚੇ ਬਹੁਤ ਛੋਟੇ ਹੁੰਦੇ ਨੇ ਕੰਮ ਕਰਨ ਦੇ ਲਈ, ਪਰ ਫਿਰ ਵੀ ਕਿਤੇ ਨਾ ਕਿਤੇ ਮਾਂ ਬਾਪ ਦੇ ਲਈ ਸਹਾਰਾ। ਹੁਣ ਹਰੇਕ ਮਾਂ ਬਾਪ ਨੂੰ ਆਪਣੇ ਬੱਚੇ ਨੂੰ ਭੇਜਣ ਲਈ ਸਾਈਕਲ ਲੈ ਕੇ ਦੇਣਾ ਪਵੇਗਾ।
ਕਿੱਡਾ ਜ਼ਿਆਦਾ ਘਾਤਕ ਫੈਸਲਾ ਹੈ ਜੀ, ਬਿਨਾਂ ਸੋਚੇ ਸਮਝੇ ਡਿਸੀਜਨ ਲੈ ਲਿਆ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਬੋਰਡ ਨੇ ਕਿ ਇਹ ਚੀਜ਼ ਨਹੀਂ ਸੀ ਹੋ ਸਕਦੀ ਕਿ ਅਸੀਂ ਪ੍ਰਣ ਕਰਦੇ ਕਿ ਜੇ ਸਰਕਾਰੀ ਸਕੂਲਾਂ ਦੀ ਗਿਣਤੀ ਹੈ ਜਿਹੜੀ ਬੱਚਿਆਂ ਦੀ ਉਹ 15 ਲੱਖ ਤੋਂ 9 ਲੱਖ 'ਤੇ ਆਈ ਹੈ ਅਤੇ ਅਸੀਂ ਇੰਨਾ ਕੁ ਵਧੀਆ ਸਹੂਲਤਾਂ ਦਈਏ, ਇੰਨੇ ਕੁ ਵਧੀਆ ਸਕੂਲ ਦਈਏ ਬੱਚਿਆਂ ਨੂੰ ਕਿ ਉਹ ਗਿਣਤੀ ਵਾਪਸ ਜੇ 15 ਲੱਖ ਤੱਕ ਨਹੀਂ ਤਾਂ ਘੱਟੋ ਘੱਟ 10-12-13 ਲੱਖ ਤੱਕ ਪਹੁੰਚ ਜਾਂਦੀ। ਤੁਸੀਂ ਉਹਦੀ ਬਜਾਏ 594 ਪਹਿਲਾਂ ਪੋਸਟਾਂ ਕੈਂਸਲ ਕੀਤੀਆਂ ਨੇ, ਹੁਣ 800 ਸਕੂਲ ਤੁਸੀਂ ਮਰਜ ਕਰ ਰਹੇ ਹੋ ਜਿਹੜੇ ਸਿੱਧੇ ਤੌਰ 'ਤੇ 1600 ਪੋਸਟਾਂ ਨੂੰ ਖਤਮ ਕਰ ਦੇਗਾ। ਇਹ ਬੜੇ ਘਾਤਕ ਫੈਸਲੇ ਕੈਪਟਨ ਸਾਹਿਬ, ਜ਼ਮੀਨੀ ਪੱਧਰ 'ਤੇ ਜਾ ਕੇ ਸੋਚਣਾ ਪਵੇਗਾ। ਪਿੰਡਾਂ ਤੋਂ ਤੁਸੀਂ ਸਰਕਾਰੀ ਸਿੱਖਿਆ ਜਾਂ ਪ੍ਰਾਇਮਰੀ ਸਿੱਖਿਆ ਦਾ ਪੂਰਨ ਤੌਰ 'ਤੇ ਹੱਕ ਖੋਣ ਜਾ ਰਹੇ ਹੋ, ਜਿਹੜਾ ਕਿ ਬੜਾ ਜ਼ਿਆਦਾ ਘਾਤਕ ਹੈ। ਇਹਦੇ ਨਾਲ ਗਰੀਬ ਪਰਿਵਾਰ ਨੇ, ਜਿਹੜੇ ਗਰੀਬ ਲੋਕ ਨੇ, ਉਹਨਾਂ ਦੇ ਵਿੱਚ ਸਾਖਰਤਾ ਦੀ ਜਿਹੜੀ ਸਤਰ ਹੈ ਜਾਂ ਦਰ ਹੈ ਉਹ ਬਹੁਤ ਜ਼ਿਆਦਾ ਘੱਟ ਜਾਏਗਾ। ਕਿਉਂਕਿ ਜਦੋਂ ਪ੍ਰਾਇਮਰੀ ਐਜੂਕੇਸ਼ਨ ਹੀ ਸਾਡੇ ਪੰਜਾਬ ਵਿੱਚੋਂ ਖਤਮ ਹੋ ਗਈ, ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਕਿ ਅਸੀਂ ਇੱਕ ਵਧੀਆ ਬੱਚਾ ਪੈਦਾ ਕਰ ਲਈਏ। ਸੋ ਪਲੀਜ਼, ਮੇਰੀ ਇੱਕ ਰਿਕੁਐਸਟ ਹੈ ਕੈਪਟਨ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਪਲੀਜ਼ ਇਸ ਡਿਸੀਜਨ ਨੂੰ ਵਾਪਸ ਲੈ ਕੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਸੁਧਾਰਨ ਦੇ ਉੱਤੇ ਜ਼ੋਰ ਦਿੱਤਾ ਜਾਵੇ। ਥੈਂਕ ਯੂ ਜੀ।